ਜੀ ਬਾਦਲ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸੱਜੀ ਬਾਹ ਦੇ ਤੌਰ ਤੇ ਜਾਣੇ ਜਾਂਦੇ ਆ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਉਧਰ ਲਾਲੀ ਸਰਪੰਚ ਜੀ ਸਰਦਾਰ ਸਰਨਜੀਤ ਗਰਚਾ ਮਾਸਟਰ ਅਸ਼ੋਕ ਜੀ ਨਾਲ ਐਡਵੋਕੇਟ ਹਰਕਮਲ ਸਿੰਘ ਰਿੰਪੀ ਝੱਜ ਤੇ ਨਾਲ ਸਾਡਾ ਵੀਰ ਜੋਧਾ ਗਿੱਲ ਇਹ ਸਤਿਕਾਰਯੋਗ ਸ਼ਖਸੀਅਤਾਂ ਜਿਹੜੀਆਂ ਸਰਦਾਰ ਸਰਨਜੀਤ ਸਿੰਘ ਜੀ ਢਿੱਲੋਂ ਦੇ ਨਾਲ ਇਸ ਟੂਰਨਾਮੈਂਟ ਤੇ ਪੁੱਜੀਆਂ ਬਹੁਤ ਬਹੁਤ ਧੰਨਵਾਦ ਸਰਦਾਰ ਸਿਮਰਨਜੀਤ ਸਿੰਘ ਜੀ ਢਿੱਲੋਂ ਉੱਥੇ ਹੀ ਸਾਡਾ ਵੀਰ ਸਰਦਾਰ ਸੁਖਵੀਰ ਸਿੰਘ ਜੀ ਜੱਸਲ ਸਿਮਰਨਜੀਤ ਸਿੰਘ ਜੀ ਢਿੱਲੋਂ ਯੰਟਾ ਕੂਨਰ ਯੂਐਸਏ ਸਾਰੇ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਛੱਡ ਦਿਓ ਬਈ ਓਏ ਕਾਕੇ ਪੌੜੀਆਂ ਦੇ ਪਾਸੇ ਹੋ ਜਾਓ ਲਾਲੀ ਕੂਨਰ ਗੁਰੀ ਕੂਨਰ ਉਹਨਾਂ ਦੇ ਨਾਲ ਪਿਆਰ ਆ ਕਰ ਪਾਸੇ ਯਾਰ ਇੱਧਰ ਹਟੋ ਯਾਰ ਓਏ ਕਾਕੇ ਲਾਲੀ ਵੀਰ ਉਹਨਾਂ ਦੇ ਸਪੈਸ਼ਲ ਸੱਦੇ ਦੇ ਉੱਪਰ ਸਾਰੇ ਆ ਛੱਡੋ ਯਾਰ ਇਥੋਂ ਰਾਹ ਛੱਡੋ ਸਾਰੇ ਜਣੇ ਠੀਕ ਆ ਜੀ ਇਧਰ ਕਬੱਡੀ ਪਾਉਣ ਦੇ ਲਈ ਸਨਮਾਨ ਚਿੰਨ ਸਾਰੇ ਥੱਲੇ ਹੀ ਦਿੱਤੇ ਜਾ ਰਹੇ ਨੇ ਬਈ ਸਾਰੇ ਸਨਮਾਨ ਚਿੰਨ ਜਿੰਨੇ ਵੀ ਹੈਗੇ ਆ ਦਿੜਬਾ ਵਰਸ ਜੰਡ ਇਹ ਟੀਮਾਂ ਵੀ ਪਲੀਜ਼ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜਣ ਦਿੜਬਾ ਤੇ ਜੰਡ ਨਵੀਂ ਵੀਰ ਨੋਟ ਕਰੀ ਦੋ ਨੰਬਰ ਗਰਾਊਂਡ ਦੇ ਵਿੱਚ ਜਗਰਾਓਂ ਦੀ ਟੀਮ ਜਿਹੜੀ ਜੇਤੂ ਰਹੀ ਆ ਸਰਦਾਰ ਸਰਨਜੀਤ ਸਿੰਘ ਜੀ ਢਿੱਲੋਂ ਭਰਮੀ ਹਾਜ਼ਰੀ ਇਸ ਟੂਰਨਾਮੈਂਟ ਤੇ ਬਹੁਤ ਬਹੁਤ ਧੰਨਵਾਦ ਆ ਸਰਦਾਰ ਸਿਮਰਨਜੀਤ ਸਿੰਘ ਜੀ ਢਿੱਲੋਂ ਲਾਲੀ ਸਰਪੰਚ ਸਿਮਰਨਜੀਤ ਸਿੰਘ ਗਰਚਾ ਮਾਸਟਰ ਅਸ਼ੋਕ ਜੀ ਐਡਵੋਕੇਟ ਸਰਦਾਰ ਹਰਕਮਲ ਸਿੰਘ ਰਿੰਪੀ ਝੱਜ ਤੇ ਨਾਲ ਸਾਡਾ ਵੀਰ ਜੋਧਾ ਗਿੱਲ ਸਰਦਾਰ ਸੁਖਵੀਰ ਸਿੰਘ ਜੀ ਜੱਸੜ ਸਰਦਾਰ ਸਿਮਰਨਜੀਤ ਸਿੰਘ ਜੀ ਢਿੱਲੋਂ ਯੰਟਾ ਕੂਨਰ ਯੂਐਸਏ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਆ ਲਾਲੀ ਉਹਨਾਂ ਦਾ ਮੰਨੇ ਉਹਨਾਂ ਦਾ ਜਿਹੜੇ ਵੀਰ ਕੋਲ ਮੂਵ ਸਪਰੇ ਆ ਜੀ ਉਹ ਮੂਵ ਸਪਰੇ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਬੀ ਗਰਾਊਂਡ 'ਚ ਕਿਹੜੀ ਜਿੱਤੀ ਜੀ ਤਲਵੰਡੀ ਖੁਰਦ ਤੇ ਬਲ ਨਾਲ ਦੀਆਂ ਟੀਮਾਂ ਪੁੱਜਣ ਬੀ ਗਰਾਊਂਡ 'ਚ ਬਈ ਜਿੱਤੀ ਕਿਹੜੀ ਆ ਟੀਮ ਵੀਰੇ ਵੀਰ ਜਗਰਾਓਂ ਦੀ ਟੀਮ ਜਗਰਾਓਂ ਦੀ ਟੀਮ ਜਿਹੜੀ ਦੋ ਨੰਬਰ ਗਰਾਊਂਡ ਦੇ ਵਿੱਚ ਜਿੱਤੀ ਆ ਦੀ ਟੀਮ ਆ ਜੇ ਧਲੇਰ ਕਲਾਂ ਤੇ ਫੁੱਲਾਂ ਦਾ ਮੈਚ ਹੋਇਆ ਕਿ ਨਹੀਂ ਹਾਂਜੀ ਵੀਰ ਇਹ ਵੀ ਮੈਚ ਜਿਹੜਾ ਹੋ ਚੁੱਕਿਆ ਧਲੇਰ ਕਲਾਂ ਤੇ ਫੁੱਲਾਂ ਵਾਲ ਦੇ ਮੈਚ ਵਿੱਚੋਂ ਧਲੇਰ ਕਲਾਂ ਜੇਤੂ ਰਹੀ ਆ ਦਿੜਬਾ ਤੇ ਜੰਡ ਘੰਘਰਾਲੀ ਸਿੱਖਾਂ ਤੇ ਸੀਹਾਂ ਦੌਲ ਦੀਆਂ ਟੀਮਾਂ ਇੱਕ ਨੰਬਰ ਦੇ ਵਿੱਚ ਪੁੱਜਣ ਝਾੜ ਸ਼ਾਬ ਤੇ ਭੂੰਦੜ ਪਲੀਜ਼ ਇਹ ਟੀਮਾਂ ਵੀ ਗਰਾਊਂਡ ਦੇ ਵਿੱਚ ਪੁੱਜਣ ਵੀਰ ਇੱਕ ਇੰਦਗੜ੍ਹ ਦਾ ਤੇ ਲਾਟੋ ਦਾ ਮੈਚ ਹੋਇਆ ਸੀ ਉਹਦੇ ਵਿੱਚ ਇੰਦਗੜ੍ਹ ਜੇਤੂ ਆ ਪਲੀਜ਼ ਉਹ ਵੀ ਦੇਖ ਲਿਓ ਕਿਉਂਕਿ ਟੀਮਾਂ ਜ਼ਿਆਦਾ ਪਹਿਲੇ ਰਾਊਂਡ ਦੇ ਵਿੱਚ ਆਪਾਂ ਟੀਮਾਂ ਨੂੰ ਜਿਹੜੇ ਸੱਦੇ ਦੇ ਰਹੇ ਹਾਂ ਦਿੜਬਾ ਵਰਸ ਜੰਡ ਦੀਆਂ ਟੀਮਾਂ ਪੁੱਜਣ ਚਿੰਨ ਦੇ ਰਹੇ ਨੇ ਸਾਡੇ ਸਤਿਕਾਰਯੋਗ ਤਲਵੰਡੀ ਦੀ ਟੀਮ ਪੁੱਜੀ ਆ ਬਲ ਨਾਉ ਦੀ ਟੀਮ ਪੁੱਜਾਵੇ ਲਵੀ ਚਾਚਾ ਬਲ ਨਾਉ ਦੀ ਟੀਮ ਪੁੱਜੀ ਆ ਬੇਨਤੀ ਆ ਬਲ ਨਾਉ ਦੀ ਟੀਮ ਬੜੀਆਂ ਆਵਾਜ਼ਾਂ ਮਾਰ ਦਿੱਤੀਆਂ ਇਸ ਟੀਮ ਨੂੰ ਬਲ ਨਾਉ ਦੀ ਟੀਮ ਦੀਪੇ ਹੋਣੀ ਜਲਦੀ ਦੇ ਨਾਲ ਪੁੱਜਣ ਤਲਵੰਡੀ ਦੀ ਟੀਮ ਪੁੱਜੀ ਹੋਈ ਆ ਸੰਤ ਬਾਬਾ ਜੈਮਲ ਸਿੰਘ ਸੈਂਪਲੀ ਸਾਹਿਬ ਦਾ ਮੈਚ ਜਿਹੜਾ ਦਕਾਲ ਦੀ ਟੀਮ ਨਾਲ ਆਉਣਾ ਇਹ ਟੀਮਾਂ ਵੀ ਪਲੀਜ਼ ਪੁੱਜਣ ਸੈਂਪਲੀ ਸਾਹਿਬ ਵਰਸ ਦਕਾਲ ਜੱਜ ਦਾ ਗਰਚਾ ਸਾਹਿਬ ਇੱਕ ਵਾਰੀ ਲਾਸਟ ਮੈਚ ਨੋਟ ਕਰ ਲਾ ਕੋਨਸ ਗਰਚਾ ਸਾਹਿਬ ਜੀ ਵਰਸਸ ਮੌਲੀ ਵੈਦਵਾਨ ਕਬੱਡੀ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਟੀਮਾਂ ਕਿਰਪਾ ਕਰਕੇ ਜਦੋਂ ਆਵਾਜ਼ ਮਾਰਦੇ ਆਪਣੇ ਆਪ ਨੂੰ ਤਿਆਰ ਕਰਕੇ ਗਰਾਊਂਡ 'ਚ ਲੈ ਆਓ ਹੱਥ ਜੋੜ ਕੇ ਬੇਨਤੀ ਹੈ ਕਬੱਡੀ ਦੀਆਂ ਟੀਮਾਂ ਨੂੰ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਕਿਉਂਕਿ ਤੁਹਾਨੂੰ ਖੇਡਣ ਦਾ ਕੁਝ ਨਾ ਕੁਝ ਮਿਲ ਜਾਣਾ ਅਸੀਂ ਬੋਲਣ ਦਾ ਕੁਝ ਨਾ ਕੁਝ ਲੈ ਜਾਣਾ ਤੇ ਆ ਚਾਰ ਚਫੇਰ ਜਿਹੜੇ ਭੁੱਖੇ ਤੇ ਆਏ ਖੜੇ ਆ ਤੇ ਘਰੇ ਇਹਨਾਂ ਦੇ ਡੰਗਰ ਖੁਰਲੀਆਂ ਦੇ ਭੁੱਖੇ ਤੇ ਆਏ ਖੜੇ ਆ ਇਹਨਾਂ ਨੇ ਕੀ ਲੈ ਕੇ ਜਾਣਾ ਯਾਦ ਰੱਖਿਓ ਚੜਾਉਂਦੇ ਵੀ ਇਹੀ ਆ ਤੇ ਲਾਉਂਦੇ ਵੀ ਇਹੀ ਜਲਦੀ ਗਰਾਊਂਡ 'ਚ ਆ ਜਾਣ ਕਬੱਡੀ ਦੀਆਂ ਟੀਮਾਂ ਉਧਰ ਰੈਫਰੀ ਸੀਟੀਆਂ ਮਾਰੀ ਜਾਂਦੇ ਅਨਾਊਂਸਰ ਬੋਲੀ ਜਾਂਦੇ ਆ ਕਬੱਡੀ ਦੀਆਂ ਟੀਮਾਂ ਨੂੰ ਬੇਨਤੀ ਕਬੱਡੀ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ ਇੱਧਰ ਸਾਡਾ ਇੱਕ ਵੀਰ ਹੋਰ ਪੁੱਜਿਆ ਕਹਿੰਦਾ ਗੁਰਦੁਆਰਾ ਸਾਹਿਬ ਮੱਥਾ ਟੇਕ ਰਿਹਾ ਸੀ ਬਟੂਆ ਨਿਕਲ ਗਿਆ ਲਾਇਸੈਂਸ ਆ ਕਹਿੰਦਾ ਏਟੀਐਮ ਕਾਰਡ ਆ ਤੇ ਅਸਲੇ ਦਾ ਲਾਇਸੈਂਸ ਵੀ ਜਿਹੜਾ ਉਸੇ ਬਟੂਏ ਦੇ ਵਿੱਚ ਆ ਕਹਿੰਦਾ ਵੀਰ ਨੂੰ ਬੇਨਤੀ ਆ ਪੈਸੇ ਤੇ ਹੁਣ ਉਹਨੇ ਕੀ ਦੇਣੇ ਆ ਵੀ ਜੇਕਰ
पर हुण गल तां मुश्किल आ आप ते उहने फड़ाउण आउणा नहीं भी जेकर वह वीर आवाज सुनता वे मेरा बटुआ वापस कर दे कहिंदा मैं हजार खंड होर कोलों दे दूं हुण गल आ वह वीर नमस्कार कर रहा सी गुरु ग्रंथ साहिब महाराज की हजूरी दे विच हुण जिहने बटुआ कढ़िया हुण आप बंदा जाणी जाणा भी कल नूं किद्दां दे दुख भोगणे आपां कह दिंदे आ उह बंदे नूं आ हो गया ए हो गया हैलो कबड्डी दीआं टीमां नूं बेनती आ वीर जी ग्राउंड खाली आ कृपा करके जिहड़ी टीम नहीं आई असीं उह कट्टण लगे आ टीम दस दे रहे खेडना जां नहीं बल नौ दी टीम आ रही है उह टीम नूं एक मिनट का सदा किते आर फुलहार वाली गल ना बन जे बसियां वाले आ भी वाजा मार के बुलाया बड़ी वार किसी ने मेरी गल ना सुनी ਉਹ ਟੀਮ ਨੂੰ ਮੇਰੀ ਬੇਨਤੀ ਹੈ ਵੀ ਟੀਮ ਬਲ ਲਾਉਂਦੀ ਦਿੜਬਾ ਤੇ ਜੰਡ ਪਿੰਡ ਦੀਆਂ ਟੀਮਾਂ ਨੂੰ ਵੀ ਬੇਨਤੀ ਹੈ ਟੀਮਾਂ ਵੀ ਪਲੀਜ਼ ਜਲਦੀ ਨਾਲ ਪੁੱਜਣ ਦਿੜਬਾ ਤੇ ਜੰਡ ਕੰਗਰਾਲੀ ਕੰਗਰਾਲੀ ਆ ਬਈ ਸੀਆਂ ਦੌਦ ਦੀ ਟੀਮ ਪੁੱਜੀ ਆ ਤਾਂ ਹੱਥ ਖੜਾ ਕਰੇ ਸੀਆਂ ਦੌਦ ਹੁਣ ਕੰਗਰਾਲੀ ਪੁੱਜ ਗਈ ਸੀਆਂ ਦੌਦ ਨਹੀਂ ਆਈ ਤਲਵੰਡੀ ਪੁੱਜ ਗਈ ਬਲ ਨਾ ਨਹੀਂ ਆਈ ਹੁਣ ਬਲ ਨਾ ਦੀ ਟੀਮ ਧਿਆਨ ਨਾਲ ਸੁਣ ਲਵੇ ਵੀ ਉਹ ਟੀਮ ਨੂੰ ਅੱਧੇ ਮਿੰਟ ਦਾ ਸਮਾਂ ਬਾਅਦ ਵਿੱਚ ਨਾ ਆਖਣ ਵੀ ਸਾਡੀ ਟੀਮ ਕੱਢਤੀ ਤੁਰ ਪਏ ਬਸੀਆਂ ਵਾਲਿਆ ਆਵਾਜ਼ ਤੇ ਬਲ ਨਾ ਪਹੁੰਚ ਗਈ ਹੋਣੀ ਆ ਜੀ ਆਪਾਂ ਬਲ ਨਾ ਦੀ ਟੀਮ ਜੀ ਆ ਰਹੀ ਆ ਗਰਾਊਂਡ ਦੇ ਵਿੱਚ ਤਲਵੰਡੀ ਦੀ ਟੀਮ ਆ ਹੁਣ ਬੇਨਤੀ ਦਿੜਬਾ ਤੇ ਜੰਡ ਪਿੰਡ ਦੀਆਂ ਟੀਮਾਂ ਨੂੰ ਪਲੀਜ਼ ਇਹ ਟੀਮਾਂ ਵੀ ਹੁਣੇ ਤੋਂ ਗਰਾਊਂਡ ਦੇ ਵਿੱਚ ਪੁੱਜਣ ਦਿੜਬਾ ਤੇ ਜੰਡ ਇੱਕ ਮੈਚ ਜਿਹੜਾ ਸਾਡੇ ਕੋਲ ਘੁੰਨ ਸਪਰਸ ਚ ਮੌਲੀ ਵਾਦਵਾਨ ਦੇ ਟੀਮਾਂ ਵੀ ਤਿਆਰ ਹੋਣ ਝਾੜ ਸਾਹਿਬ ਤੇ ਭੂੰਦੜ ਸੰਤ ਬਾਬਾ ਜੈਮਲ ਸਿੰਘ ਸੈਂਪਲੀ ਸਾਹਿਬ ਵਰਸ ਦਕਾਲ ਪਿੰਡ ਦੀਆਂ ਟੀਮਾਂ ਜਿਹੜੇ ਵੀਰ ਦੀ ਪਾਣੀ ਤੇ ਡਿਊਟੀ ਹੈ ਉਹ ਵੀਰ ਪਾਣੀ ਵੀ ਜਿਹੜਾ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦਾ ਕਰ ਦੇਵੇ ਬੱਬੂ ਖੰਨੇ ਵਾਲਾ ਤੇ ਓਮ ਕੜਿਆਣੇ ਵਾਲਾ ਸੇਰੀਏ ਦੇ ਮਹਾਨ ਬੁਲਾਰੇ ਆ ਰੁਪਿੰਦਰ ਜਲਾਲ ਦਾ ਅਮਰ ਚੀਮੇ ਦਾ ਇਹਨਾਂ ਵੀਰਾਂ ਦੇ ਗੋਲਡ ਰਿੰਗ ਦੇ ਨਾਲ ਸਰਦਾਰ ਉਜਾਗਰ ਸਿੰਘ ਜੀ ਕੂਨਰ ਹੋਣੀ ਗੋਲਡ ਰਿੰਗ ਨਾਲ ਸਨਮਾਨ ਕਰਨੇ ਆ ਬਹੁਤ ਬਹੁਤ ਧੰਨਵਾਦ ਆ ਲੈ ਵੀ ਦੀਪਿਆ ਥੋੜੀ ਸਪਰਿੰਟ ਲਾ ਦੇ ਨਾਲੇ ਤੇ ਤੇਰਾ ਸਰੀਰ ਬਾਰਮ ਆਪ ਹੋ ਜੂ ਤੇ ਦਰਸ਼ਕ ਵੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਵੀ ਬਲ ਨਾ ਦੀ ਟੀਮ ਨੂੰ ਕਾਫੀ ਜਿਹੜੀ ਅਸੀਂ ਆਵਾਜ਼ਾਂ ਮਾਰ ਚੁੱਕੇ ਆ ਬਲ ਨਾ ਦੀ ਟੀਮ ਪਲੀਜ਼ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜੇ ਦਿੜਬਾ ਤੇ ਜੰਡ ਆਜੇ ਬਾਹਰ ਐਂਟਰ ਕਰਨ ਲੱਗੇ ਨੇ ਬਲ ਨਾ ਵਾਲੇ ਦਿੜਬਾ ਤੇ ਜੰਡ ਪਲੀਜ਼ ਇਹ ਟੀਮਾਂ ਵੀ ਪੁੱਜਣ ਬਲ ਨਾ ਦਾ ਦੀਪਾ ਮੱਲੀਆਂ ਦਾ ਅੰਗਰੇਜ਼ ਕਬੱਡੀ ਦੇ ਸਟਾਰ ਜਿਹੜੇ ਗਰਾਊਂਡ ਦੇ ਵਿੱਚ ਪੁੱਜ ਰਹੇ ਆ ਦਿੜਬਾ ਤੇ ਜੰਡ ਦੀਆਂ ਟੀਮਾਂ ਨੂੰ ਵੀ ਅਸੀਂ ਹੁਣੇ ਤੋਂ ਆਵਾਜ਼ਾਂ ਮਾਰ ਰਹੇ ਆ ਦਿੜਬਾ ਤੇ ਜੰਡ ਸਬਦਾ ਅਮਰੀਕ ਜੀ ਇੱਧਰ ਕਹਿੰਦੇ ਬੱਲਾਂ ਵਾਲੇ ਦੀਪੇ ਦੀ ਯਾਰੀ ਅਮਰ ਤੁਰਿਆਂ ਦੇ ਨਾਲ ਦੇ ਨਾਲ ਪ੍ਰਬੰਧਕਾਂ ਦੇ ਨਾਲ ਭਰਾਵਾਂ ਵਾਲਾ ਪਿਆਰ ਹੈ ਕਹਿੰਦੇ ਪੂਰੀਆਂ ਦੇ ਅੰਗਰੇਜ਼ ਵਰਗੇ ਜਿਹੜੇ ਸਟਾਰ ਕਬੱਡੀ ਦੇ ਪੁੱਜਣਗੇ ਮੰਨੇ ਨੇ ਪਿਛਲੇ ਸਾਲ ਕਹਿੰਦੇ ਇਸੇ ਕਬੱਡੀ ਕੱਪ ਦੇ ਸਿਰਾ ਕਰਵਾਇਆ ਸੀ ਕਬੱਡੀ ਦੇ ਮਹਾਨ ਪਲੇਅਰ ਜਿਹੜੇ ਅੱਜ ਪੁੱਜੇ ਅੰਗਰੇਜ਼ ਕਹਿੰਦੇ ਨੌਜਵਾਨ ਤੁਸੀਂ ਦੇਖਿਆ ਵੀ ਸੋਨੀ ਸਿਕਸ ਚੈਨਲ ਤੇ ਬੱਲੇ ਬੱਲੇ ਕਰਵਾਈ ਹੈ ਲੀਗ ਮੈਚਾਂ ਦੇ ਵਿੱਚ ਯੋਯੋ ਦੀ ਟੀਮ ਵੱਲੋਂ ਖੇਡਿਆ ਹੈ ਕਿਉਂਕਿ ਸਪੋਰਟਸ ਦਾ ਕਹਿੰਦੇ ਸਭ ਤੋਂ ਮਹਿੰਗਾ ਚੈਨਲ ਆ ਸੋਨੀ ਸਿਕਸ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਦੀਪੇ ਬਲ ਨੌ ਦੀ ਟੀਮ ਵੀ ਪਿਛਲੇ ਸਾਲ ਦੀ ਸਾਹਿਬ ਜੀ ਦਾ ਰਨਰ ਅਪ ਟੀਮ ਆ ਜੀ ਦਾ ਦੀਪਾ ਬਲ ਨੌ ਬਾਬਾ ਜੂਰੂਪ ਸਿੰਘ ਜੀ ਦਾ ਤੇ ਹੋਰ ਜਿੰਨੇ ਵੀ ਪਤਵੰਤੇ ਸੱਜਣ ਉਹਨਾਂ ਦੇ ਨਾਲ ਦਰਜਾ ਬਦਰਜਾ ਪਹੁੰਚੇ ਨੇ ਅਸੀਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹੋਏ ਬਹੁਤ ਬਹੁਤ ਹਾਰਦਿਕ ਧੰਨਵਾਦ ਕਰਦੇ ਹਾਂ ਉਧਰ ਪ੍ਰਬੰਧਕ ਵੀਰ ਜੀ ਆਇਆਂ ਨੂੰ ਆਖ ਰਹੇ ਜੋ ਸਾਡੇ ਮੁੱਖ ਮਹਿਮਾਨ ਹੈ ਚੀਫ ਗੈਸਟ ਹੈ ਜਿਨ੍ਹਾਂ ਨੇ ਸਮਾਂ ਕੱਢਿਆ ਸਾਡੇ ਲਈ ਪ੍ਰਬੰਧਕ ਵੀਰ ਉਹਨਾਂ ਨੂੰ ਜੀ ਆਇਆਂ ਆਖ ਰਹੇ ਆਪਾਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਕਿਉਂਕਿ ਸਟੇਜ ਦੀਆਂ ਕਾਰਵਾਈਆਂ ਵੀ ਜ਼ਰੂਰੀ ਹੈ ਸਾਰੇ ਵੀਰਾਂ ਦਾ ਧੰਨਵਾਦ ਇੱਧਰ ਕਬੱਡੀ ਦੀ ਰੌਣਕ ਹੈ ਦੋਨੇ ਟੀਮਾਂ ਦਾ ਬਹੁਤ ਸੋਹਣਾ ਮੈਚ ਹੈ ਕਬੱਡੀ ਦੀਆਂ ਟੀਮਾਂ ਨੂੰ ਬੇਨਤੀ ਆਪਣੇ ਆਪ ਨੂੰ ਵਾਰਮ ਅਪ ਕਰ ਲੈਣ ਆਪਣੇ ਸੈੱਟ ਲਾ ਲੈਣ ਕਿਰਪਾ ਕਰਕੇ ਲੈ ਵੀ ਵੀਰ ਦੋ ਨੰਬਰ ਗਰਾਊਂਡ ਦਾ ਜਿਹੜਾ ਮੈਚ ਜੀ ਉਹਦੇ ਵਿੱਚ ਧੂਰਕੋਟ ਦੀ ਟੀਮ ਆ ਜਿਹੜੀ ਉਹ ਪਲੀਜ਼ ਜੇਤੂ ਲਿਖ ਲਈ ਜਾਵੇ ਧੂਰਕੋਟ ਦੀ ਟੀਮ ਆ ਲੈ ਵੀ ਲਸਾਰੇ ਵਾਲਿਆਂ ਹੁਣ ਟੀਮਾਂ ਗਰਾਊਂਡ ਦੇ ਵਿੱਚ ਆ ਮੈਚ ਬਹੁਤ ਜ਼ਿਆਦਾ ਟਾਈਮ ਜਿਹੜੀ ਗਰਾਊਂਡ ਵਿਹਲੀ ਰਹਿ ਗਈ ਸੀਆਂ ਦਾਦ ਵਰਸਿਸ ਕੰਗਰਾਲੀ ਸਿੱਖਾਂ ਦੀਆਂ ਟੀਮਾਂ ਦੋ ਨੰਬਰ ਗਰਾਊਂਡ ਦੇ ਵਿੱਚ ਪੁੱਜਣ ਦੋ ਨੰਬਰ ਗਰਾਊਂਡ ਜਿਹੜੀ ਵਿਹਲੀ ਆ ਝਾੜ ਸਾਹਿਬ ਤੇ ਭੂੰਦੜ ਦਿੜਬਾ ਤੇ ਜਾਂਡੇ ਟੀਮਾਂ ਪੁੱਜਣ ਜਿਹੜੇ ਵੀਰ ਦੀ ਪਾਣੀ ਤੇ ਡਿਊਟੀ ਆ ਹਨੀਵੀਰ ਹਨੀਵੀਰ ਸਟੇਜ ਤੇ ਆ ਗਏ ਜਿਹੜੇ ਟਾਈਆਂ ਪਾਉਣੀਆਂ ਨੇ ਆਪਾਂ ਅਗਲੇ ਰਾਊਂਡ ਦੀਆਂ ਟਾਈਆਂ ਪਾਉਣੀਆਂ ਨੇ ਜੇਤੂ ਟੀਮਾਂ ਦਾ ਇਸ ਤੋਂ ਅਗਲਾ ਮੈਚ ਮੇਰੇ 75 ਕਿਲੋ ਦਾ ਫਾਈਨਲ ਮੈਚ ਕਰਵਾ ਦੀ ਹੁਣ
ਕਬੱਡੀ 75 ਕਿਲੋ ਭਾਰ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਸੁਖਵਿੰਦਰਪਾਲ ਸਿੰਘ ਗਰੇਵਾਲ ਸਾਹਿਬ ਪਲੀਜ਼ ਉਹ ਵੀ ਜਲਦੀ ਨਾਲ ਪੁੱਜਣਾ ਲਾਈਨ ਅਪ ਕਰ ਲਿਓ ਜੀ ਰੈਫੀ ਸਾਹਿਬ ਟੀਮਾਂ ਲਾਈਨ ਅਪ ਕਰ ਲਿਓ ਸੁਖਵਿੰਦਰਪਾਲ ਸਿੰਘ ਜੀ ਗਰੇਵਾਲ ਕਰ ਲਿਓ ਜੀ ਕਰ ਲਿਓ ਇੱਕ ਮਿੰਟ ਚਲੋ ਜੀ ਲੈ ਕੇ ਚਲੋ ਜਿੰਦਰ ਲਸਾੜਾ ਜੀ ਟੀਮਾਂ ਨੂੰ ਪਲੀਜ਼ ਲਾਈਨ ਅਪ ਕਰ ਲੈਣਾ ਗਰੇਵਾਲ ਸਾਹਿਬ ਆਪਣੀ ਟੀਮ ਦੇ ਨਾਲ ਸਾਡੇ ਗਰਾਊਂਡ ਦੇ ਵਿੱਚ ਪਧਾਰ ਰਹੇ ਨੇ ਧੂਰਕੋਟ ਜੇਤੂ ਹੈ ਜੀ ਉਹਨਾਂ ਦੇ ਨਾਲ ਸਾਡੇ ਸਰਪੰਚ ਗੁਰਬਖਸ਼ ਸਿੰਘ ਜੀ ਸਮੁੱਚੀ ਗ੍ਰਾਮ ਪੰਚਾਇਤ ਸਪੋਰਟਸ ਕਲੱਬ ਦੀ ਸਮੁੱਚੀ ਲੀਡਰਸ਼ਿਪ ਅਤੇ ਗਰੇਵਾਲ ਜੀ ਦੇ ਨਾਲ ਆਏ ਦਰਜਾ ਬਦਰਜਾ ਸਾਰੇ ਪਤਵੰਤੇ ਸੱਜਣ ਪਹੁੰਚ ਰਹੇ ਨੇ ਇੰਟਰੋਡਕਸ਼ਨ ਕਰਨ ਦੀ ਖਾਤਰ ਗਰਾਊਂਡ ਦੇ ਵਿੱਚ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁਖਵਿੰਦਰਪਾਲ ਸਿੰਘ ਜੀ ਗਰੇਵਾਲ ਜੀ ਦਾ ਜਿਹੜੇ ਸਾਡੇ ਇਲਾਕੇ ਦੇ ਨੇ ਪਰ ਸਾਤੋਂ ਥੋੜ੍ਹੀ ਜਿਹੀ ਕੁਤਾਹੀ ਹੋ ਗਈ ਹੈ ਕਿ ਵੀ ਅਸੀਂ ਉਹਨਾਂ ਕੋਲ ਪਹੁੰਚ ਨਹੀਂ ਸਕੇ ਆਪ ਮਾਫ਼ੀ ਮੰਗਦੇ ਹਾਂ ਅੱਗੋਂ ਤੋਂ ਸਭ ਤੋਂ ਪਹਿਲਾਂ ਸਿੱਧਾ ਪੱਤਰ ਗਰੇਵਾਲ ਸਾਹਿਬ ਨੂੰ ਦੇ ਕੇ ਆਇਆ ਕਰਾਂਗੇ ਮੈਂ ਉਹਨਾਂ ਦੇ ਨਾਲ ਜਿੰਨੇ ਵੀ ਸਾਥੀ ਗਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗੁਰਬਖਸ਼ ਸਿੰਘ ਜੀ ਸਰਪੰਚ ਨਾਲ ਉਹਨਾਂ ਦੇ ਹਰਜੀਤ ਸਿੰਘ ਮੇਵਾ ਸਿੰਘ ਜੇਈ ਸਾਹਿਬ ਅਤੇ ਹੋਰ ਪਤਵੰਤੇ ਸੱਜਣ ਉਹਨਾਂ ਦੇ ਨਾਲ ਪਹੁੰਚੇ ਹੋਏ ਨੇ ਗਗਨ ਅਤੇ ਕਾਂਤਾ ਸਾਰੇ ਉਹਨਾਂ ਦੇ ਸਾਡੇ ਚਮਕੌਰ ਸਿੰਘ ਜੀ ਚਮਕੌਰ ਸਿੰਘ ਪਨੇਰ ਇਹ ਸਾਰੇ ਨਾਲ ਸੱਜਣ ਪਹੁੰਚੇ ਹੋਏ ਨੇ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਜੀ ਅਵਤਾਰ ਸਿੰਘ ਜੀ ਸਰਪੰਚ ਮੱਲੇਵਾਲ ਤੋਂ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਤੇ ਫੋਟੋ ਹੋ ਰਹੀ ਆ ਗਰੇਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਨੇਤਾ ਨੇ ਸਾਡੇ ਇਲਾਕੇ ਦੇ ਭਾਜਪਾ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਅਮਰਜੀਤ ਉਹਨਾਂ ਨੂੰ ਆਉਂਦੇ ਨੇ ਆਲੇ ਵਾਲੇ ਉਹਨਾਂ ਨੂੰ ਦਿਵਾਉਂਦੇ ਆ ਬਈ ਕਿਰਾਏ ਵਾਲਾ ਕੋਈ ਵੀ ਪਲੇਅਰ ਸਾਡੇ ਕੋਲ ਉੱਪਰ ਨਾ ਆਵੇ ਥੱਲੇ ਹੀ ਖੜੇ ਨੇ ਕਿਰਾਏ ਵਾਲੇ ਮੁੰਡੇ ਉਧਰ ਜਿਹੜੀ ਜਾਣ ਪਹਿਚਾਣ ਉਹ ਸਾਡੇ ਸਤਿਕਾਰਯੋਗ ਜੀਆਂ ਨੇ ਕੀਤੀ ਇਹਨਾਂ ਦੇ ਨਾਲ ਬਹੁਤ ਤਕੜਾ ਮੈਚ ਲਓ ਸਾਹਮਣੇ ਦੇਖੋ ਬਾਲ ਨੌ ਦੇ ਵਿਹੜੇ ਇਸ ਨੌਜਵਾਨ ਦਾ ਬੋਲਿਆ ਧਾਵਾ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਪਿਛਲੇ ਸਾਲ ਵੀ ਕਹਿੰਦੇ ਟੀਮ ਨੇ ਸਿਰਾ ਕਰਵਾਇਆ ਸੀ ਉਹੋ ਹੀ ਟੀਮ ਅੱਜ ਪ੍ਰਦਰਸ਼ਨ ਕਰਨ ਦੇ ਲਈ ਪੁੱਜੀ ਹੈ ਤੇ ਰਹਿੰਦੀ ਖੁੰਦੀ ਕਾਟ ਕਹਿੰਦੇ ਕੱਲਾਂ ਵਾਲੇ ਸੋਨੇ ਨੇ ਪੂਰੀ ਕਰ ਦਿੱਤੀ ਹੈ ਆਹ ਮੁੰਡੇ ਦਾ ਕਹਿੰਦੇ ਦੁਆਬੇ ਦੇ ਵਿੱਚ ਮੱਲੀਆਂ ਪਿੰਡ ਹੈ ਅੰਗਰੇਜ਼ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਉਧਰ ਅੰਮ੍ਰਿਤ ਚੀਮੇ ਹੋਣੀ ਨਾਲ ਕਹਿੰਦੇ ਪ੍ਰਦੀਪ ਪੈਣਾ ਜਿਹੜਾ ਚੱਲਦਾ ਫਿਰਦਾ ਕੰਪਿਊਟਰ ਹੈ ਉਸ ਵੀਰ ਦਾ ਧੰਨਵਾਦ ਹੈ ਇੱਧਰ ਪਿਰਤੇ ਵਰਗੇ ਓਮ ਕੰਡਿਆਣਾ ਜੀ ਬੱਬੂ ਖੰਨੇ ਵਾਲਾ ਕ੍ਰਿਸ਼ਨ ਵਿਦੇਸ਼ਾ ਪੁਆਇੰਟਾਂ ਵਾਲਾ ਵੀਰ ਕਿੱਥੇ ਹੈ ਪੁਆਇੰਟਾਂ ਵਾਲਾ ਵੀਰ ਮੱਲੀਆਂ ਵਾਲਾ ਅੰਗਰੇਜ਼ ਸਿੰਘ ਇਸ ਵੇਲੇ ਲੈ ਵੀ ਪੁਆਇੰਟਾਂ ਵਾਲਿਆ ਥੋੜੀ ਡਿਊਟੀ ਤੇਰੀ ਸਖਤ ਆ ਤੇਰੇ ਤੇ ਕਹਾਣੀ ਖੜੀ ਆ ਸਾਰੀ ਇਸ ਮੇਲੇ ਦੀ ਆਹ ਮੁੰਡਾ ਕਹਿੰਦਾ ਜੋਜੋ ਟਾਈਗਰ ਦੀ ਟੀਮ ਵੱਲੋਂ ਵਰਲਡ ਕਬੱਡੀ ਲੀਗ ਦੇ ਵਿੱਚ ਖੇਡਿਆ ਮੱਲੀਆਂ ਵਾਲਾ ਅੰਗਰੇਜ਼ ਸਿੰਘ ਇੱਕ ਢੈਂਚਾਂ ਦਾ ਬੜਾ ਮਸ਼ਹੂਰ ਹੋਇਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤੇ ਸਾਹਮਣੇ ਚਾਰ ਜਾਫੀ ਆ ਕਿਹੜਾ ਲਾਊ ਚਾਰਾਂ ਦੇ ਵਿੱਚੋਂ ਤਲਵੰਡੀ ਵਾਲਾ ਜਫਾ ਤੇ ਉਧਰ ਲਸਾੜੇ ਵਾਲੇ ਜਿੰਦਰ ਦਾ ਫੈਸਲਾ ਵੀ ਇਹ ਪੁਆਇੰਟ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਅਗਲੇ ਰਾਉਂਡ ਦੇ ਵਿੱਚ ਟਾਈਆਂ ਪਾਉਣ ਲੱਗਿਆ ਸੀ ਕਬੱਡੀ ਕਲੱਬ ਜੀ ਕਿਉਂਕਿ ਪਹਿਲਾ ਰਾਉਂਡ ਉੱਪਰ ਆ ਸਕਦਾ ਪਹਿਲਾ ਰਾਉਂਡ ਬੇਸ਼ੱਕ ਟੀਮਾਂ ਸੱਦਲ ਸਦਾਉਣ ਦੇ ਵਿੱਚ ਲੰਘ ਜਾਂਦਾ ਕੁਝ ਰੌਣਕਾਂ ਦੂਜੇ ਰਾਉਂਡ 'ਚ ਲੱਗਣਗੀਆਂ ਦੂਜੇ ਰਾਉਂਡ ਦੀਆਂ ਟਾਈਆਂ ਕੱਢਣ ਲੱਗੇ ਆ ਪ੍ਰਬੰਧਕ ਵੀਰ ਉਧਰ ਬੇਨਤੀ ਹੈ ਵੀ ਕਬੱਡੀ ਦੀਆਂ ਟੀਮਾਂ ਧਿਆਨ ਦੇਣ
लाओ सामने देखो इधर कैंची लगी मेरे मित्रों पट भरिया पंप बजी आंदा धूड़ उड़ी आंदी है स्वाद बजा पे है लाओ सामने सारे राह बंद कर दिते है भी भाजो मासी दिया पुता किधर दी भजद है भाजो मासी दिया पुता किधर दी भजद है लो बहुत तगड़ा पॉइंट बालो की टीम के हिस्से जुड़ता हुआ आ कहते दीपा इंग्लैंड भी खेडिया कनेडा भी चर्चे हुए है मन्ने का भी कहते नाम गूंजे है मापिया के दो पुत दोनों ने सिरा करवाया कबड्डी के खेत्र के अज इस धरती से वल ना वाले मन्ने का भी जो विशेष मान सम्मान किया जाना दीपा इस वेले कबड्डी पा रहा सामने चार जाफी खड़े आ तलवंडी की टीम दे ते दर्शकों दी निगाह टिकिया हुई भी किहड़ा दीपे नूं लाऊ इस वेले मैदान दे विच जफा सजे डाले दे उपर टैटू भी फड़वाया होया ते जाफी का भरिया होया कलावा टिक टिक करके समा बीतदा जा रहा पर डिगदा ढहदा होया नौजवान धा भी पॉइंट अपनी टीम दे हिस्से भी जोड़दा होया 2 अक्तूबर नूं सवद्दी दे विच मोटरसाइकिल दिते जाने आ ते आ मुंडे दा भी कहिंदे सवद्दी पिंड जगराऊं दे लागे अमन सवद्दी वाला इस वेले कबड्डी पा रहा सामने चार जाफी खड़े आ किहड़ा लाऊ इस वेले तकड़ा जफा मुकाबला कल्ला वाले दे नाल हो चुकिया पर इधर सवद्दी वाला पैर जिहड़ा बाहर होया बाडरों आपां वेखीए पॉइंट नौजवान वल नौ दी टीम दे हिस्से ते जोड़दा होया उधर सरदार कुलविंदर सिंह सन ऑफ सरदार गुरनाम सिंह किसी वीर का ए टी एम गुम होया तो साढ़े कोई वीर जिस वीर का भी ए टी एम प्लीज साढ़े तो लै लवे अगली कबड्डी पाउण दे लई अंग्रेज वध्या ते माइक ते मरीक गल करू इधर देखो सामने अंग्रेज मल्लियां पिंड वाला बहुत तगड़ा पॉइंट जोड़ता हो अपनी टीम के लिए अगलिया टीम अपने आप को तैयार कर लैन अगलिया टीमों मेरी बेनती है उधर दलजीत होनी कहते सिरे में रैफरी गलब के बिले होनी मनी धूड़ होनी पमाल के बूटे होनी उत्थे कहते बोलों का बनजारा रुपिंदर जलाल ते नाल कहते बब्बू खन्ने वाला साडा वीर कंडियाने का ओम कृष्ण बदेशा ते पिरते वर्गिया का वड्डा नाम है सारे वीर का धन्यवाद करते हैं इधर देखो सामने नौजवान की पाई कबड्डी देखो लगता जोर सज्जे खब्बे उत्ते थले बजी सीटी भी पॉइंट रेडर का बजी सीटी भी पॉइंट रेडर का कि सीटी की रमज हुंदी किसी किसी नूं हर कोई नहीं सकदा बजा सीटी सीटी मार के रैफरी फाउल दिंदे ते दिंदी आ मैच चला सीटी बस अड्डे विच कनेक्टर वजाउण सीटी ते दिंदी आ बस चला सीटी ते कुड़ियां दे कॉलेज स्कूल लगे सीटी ना मार बैठे उत्थे दिंदी आ छत्तर पवा सीटी उत्थे दिंदी आ छत्तर पवा सीटी उधर देखो सामने बल्लां वाला दीपा कबड्डी पाउण दे लई वध्या होया दुनिया बेंदी इक ने बढ़ के ट्राई कीती है लो देखो सामने बल लाउंदा दीपा बड़ा तगड़ा पॉइंट जोड़दा होया अपनी टीम दे लई चल भी गबरूआ पा भी कबड्डी मैं भी चीमिया वाले है गल कर सुनाई वन दी इधर सवद्दी वाला अमन इस वेले कबड्डी पा रहे एक कौंकियां दा मशहूर है उन्हें भी इस साल कहते कनेडा में जफे लाया भावे जनेतपुरे वाले अमन की गल है तो इधर मुकाबला घल कलां वाले दे नाल हो चुकिया एक बन्ने सवद्दी वाला तो दूजे बन्ने कलां वाला भरिया गया कलावा एक तारी मार दो जोरदार दर्शक वीरियो ला सिरे का जफा इस वेले पॉइंट अपनी टीम के हिस्से पर जोड़दा आया लवी भीर नोट करी 2 नंबर ग्राउंड के सीहा दौड़ की टीम जी विनर रही है दिड़बा ते जंड घुनस ते मौली बैदबान दी टीम पुजन के गुंदमा शरीर चढ़ी लोहड़े की जवानी धावी फरतीला उत्तो कौन ओदा सानी रेड पाई ते पाना लोकां दे विच शोर चाहिदा गल्लां बातां नाल खेडी जांदी नहीं कबड्डी लोको इहदे लई डौलिया पट्टां दे विच जोर चाहिदा बंद कर दिओ कमेंट ओके जी गरेवाल साहब ने बोलना 2 कमेंट बंद कर दिओ गरेवाल साहब बहुत ही सत्कारयोग इस टूरनामेंट की शान इलाका निवासी सज्जनों और कमेटी के प्रधान जी पूरी टीम कोट गंगूरा राय दे सरपंच साहबान मैंबर पंचायत साहबान खिडारी वीरों ते इत्थे हाजर दर्शक साथियों फतेह अज कल लगा फतेह का जवाब फतेह दो श्री वाहेगुरु जी का खालसा वाहेगुरु जी की फतेह और मैनू माण है इस हल्के दे विच खास करके मेरे पिंडां दे विच हर साल कोट गंगू राय इत्थे एक वड्डा मेला मैं जे कहां भी कुंभ खेडां दा कुंभ इत्थे लगदा है और उहदे विच दूरों दूरों साढ़े खिडारी वीर आउंदे आ दर्शक वीर आउंदे आ और इन्हां लोकां दी बदौलत है
भी पंजाब जड़ा हैगा वो बचिया होया जिथे पहला इत्थे गल आई सी नशियां दी और इस लई सारे यह मेरे वीर खिडारी वीर खेडां दे विच रुचि रखण वाले इस नगर की पंचायत और टूरनामेंट कमेटी सारे वधाई दे पात्र ने क्योंकि कहण नूं तां सारे ही कह दिंदे आ भी नशा माड़ा और जिन्ना नशे दे बारे माड़े बारे प्रचार होया उन्ना नशा इत्थे वधिया पंजाब च खास करके और उहदी राखी किने करनी आ उहदी राखी खिडारी वीरां ने करनी आ जां जिहड़े साडे दर्शक वीर ने जां जिहड़े खेड प्रेमी ने हमेशा टूरनामेंटां दे विच औखे सौखे हो के पिंडां चों ढाल करके टूरनामेंट कराउंदे आ क्योंकि वीरो पंजाब साडा जे पंजाब दी गल हुंदी आ तां समझ लो वी साडे घर दी गल हुंदी आ और पिछे वड्डे पद्धर ते पंजाब दा नुकसान होया माड़े हालातां दे विच उहनां नुकसान नहीं सी होया जिन्ना नशे ने पंजाब दा इन्हां दिनां दे विच नुकसान कीता। इस गल दे विच मैं नहीं जांदा वी उहदे विच कौण कसूरवार है लेकिन आपां ध्यान करिए साडे खिडारी वीर साडे परिवारां नूं बचाउण वाले उहनां दे मोहतबर साडे बजुर्ग साडियां मावां साडियां भैणां साडे वीर क्योंकि बहुत सचेत होने की लोड़ है। जदों प्रधानमंत्री श्री नरेंद्र मोदी जी जिहड़े कि भारत के प्रधानमंत्री ने उन्होंने भी पंजाब का नौ लैके गल की तो सिर शर्म न झुक जाता क्योंकि साडा अपना नुकसान होंदा। मैं अपने भरावां नूं खिडारी वीरां नूं जां जिहड़े स्पोर्ट्स दे विच लगे हुए आ जां जिहड़े समाज सुधारक ने पत्रकार वीर भी बैठे ने उन्हां नूं यही बेनती कहूँगा भी पंजाब एक नंबर का सूबा उहनू जे आपां सारे योगदान पावांगे तां ही वो जिहड़ा एक नंबर हैगा वो बरकरार रह सकता। सारे इस पासे वल ध्यान करिए गौर करिए नहीं जिहड़े नशे ने जिहड़े कोणगू खा रहे ने जे आपां गल्लां अखबारां च करिए जे आपां गल्लां करिए छोटे छोटे खाण वालियां नूं फड़ के ये कोई रोक नहीं वड्डे वड्डे फड़ के चार जिहड़े अंदर दे दिओ ते ना आवे ते ना वरते ना कोई खावे। और खिडारियों नूं कहूँगा खेड प्रेमियों नूं कहूँगा घर घर दे विच हर माँ बाप नूं कहूँगा बई आपां राखी करनी आ आपां अपने बच्चों की राखी करनी आ और आपां राखी करांगे तां इह स्पष्ट है भी हवा नूं कोई बन्न नहीं सकदा मीह नूं कोई रोक नहीं सकदा तूफानां नूं कोई डक नहीं सकदा और जे तुसीं सारे डट के कंध बन के खड़ गए तो नशियां वाले तुहाडे पिंडां च नशा नहीं बेच सकणगे तुहाडे बच्चे बच जाणगे। अपने भरावां नूं अपने वीरां नूं ग्राउंडां दी शान बनाओ तां कि जिहड़ा पंजाब दा नौजवान आ उहदा जिहड़ा जुस्सा उह वर्ल्ड दे विच जिहड़ा शिंगार सी उही बणिया रहे बहुता समां ना लैंदा होइआ खेमा दा जा चुका। बाकी कमेटी नूं सरपंच साहिबान नूं मैं बेनती करूँगा भी केंद्र वल्लों स्टेडियम लई इक वड्डी ग्रांट मिलदी हुंदी आ स्पोर्ट्स वालियां नूं नाल लैके जिहड़ा कुछ इत्थे होण वाला केंद्र दे विच श्री नरेंद्र मोदी जी की भारतीय जनता पार्टी की सरकार है तुहाडे मैं पिंडां दा और जिहड़ा कुछ भी इत्थे वधिया हो सकदा ते केंद्र वल्लों आपां डट के करावांगे। मैं इन्ना तुहाडे नाल सारिआं नाल वादा करदा और यही कहूँगा भी खेडां ते जोर दईए अपने बच्चों नूं बचा के रखिए जिहड़ा कि साडे परिवारां दा साडे पिंड दा भविख ने बहुता समां ना लैंदा होइआ खिमा जा चुका। बहुत बहुत धन्यवाद। वाहिगुरु जी का खालसा वाहिगुरु जी की फतेह। मेरे नाल आए भारतीय जनता पार्टी के आगू चमकौर सिंह मंदेर जिन्होंने लाला लाजपत राहे राही जिहड़े साडे स्वर्गवासी एम पी होया करदे सी उन्होंने इत्थे सड़क की सेवा की सी वो मेरे नाल हाजिर ने पंचायत सकत्तर साहब सवर्ण सिंह जी रिंदर सिंह जौली जंडियाली तो सारे मेरे नाल आए आ मैं उन्हां दी हाजिरी लाउणा एक बार फिर फतेह अर्ज करना। वाहेगुरु जी का खालसा वाहेगुरु जी की फतेह। बहुत बहुत धन्यवाद सरदार सुखविंदरपाल सिंह जी गरेवाल साहब जी का जिन्होंने सानू यह विश्वास दवाया कि सेंट्रल गौरमेंट की कोई भी ग्रांट थोड़े स्टेडियम लिए बहुत बड़िया बड़िया ग्रांटा ने असी छेती ही एक मीटिंग करांगे इन्हां दे नाल और असी जो भी बड़ी ग्रांट हो सकती हो असी उन्हां तों लवांगे। बहुत बहुत धन्यवाद गरेवाल साहब जी का। अगों असी इन्हां नूं पहला सद्दा दे के आया करांगे
मैं कबड्डी वीरां नूं बेनती करांगा वह मैच शुरू कर देण। कबड्डी वीर उधर कबड्डी दे स्टार ते नाल असी धन्नवाद करदे आ साडे बहुत ही सतिकारयोग तरसेम भिंडर जी यूथ अकाली दल नाल बहुत ही सतिकारयोग एडवोकेट हरकमल मेघोवाल रिमी झज जी बड़ी प्यारी शख्सियत है गोगी नीलो नीतपाल डुगरी एसओ आई बहुत प्यारे वीर है बड़ा नाम है एक खेत्र दे विच ते सुखबीर जसड़ जी उन्होंने सारे वीर का धन्यवाद है जिन्होंने विशेष तौर पर जो वीर पुजे है उधर साढ़े लाली वीर ओड़ी भाई गुरी जी दविंदर दो नंबर ग्राउंड दे विच जंड दी टीम जेकर अद्धे मिनट के दौरान ना पुजी तो जंड दी टीम जिहड़ी कट्टी जानी है। पहली कबड्डी इस वेले इस नौजवान का जिहड़ा ना है वह सलेडा ना है कबड्डी पा रहा सामने चार जाफी है चारों कहिंदे सिरे दे आ पुत्थों वाला शीरा ते नाल कहिंदे सहाणे दा पम्मा सारंगपुर दे कबड्डी कप दा अल्टो दा जेतू ते नाल एक कन्नी ते लाडी खड़ा ते कबड्डी सलेडे दी पै चुकी आ ते सामने पम्मे सहाणे वाले दे नाल मुकाबला हो चुकिया पम्मा ते सलेडा रख्या होया धौण ते हथ इधर सहाणे दा पम्मा ला सिरे दा लफा पॉइंट अपनी टीम दे हिस्से विच जोड़दा होया आ मुंडा कहिंदे पिछले वरे आनंदपुर साहब दी चैंपियनशिप दा वैट रिहा हैप्पी सिंपली साहब दा इस वेले नागरे परिवार का वक्रे जे टैटू भी खड़वाए हुए हैं ते सामने चार जाफी दकाल वाले दो सिख सरदार ते दो कोने मोने केड़ा लाऊ सिरे दा जफा हैप्पी सिंपली साहब दा इस वेले पॉइंट अपनी टीम दे हिस्से विच जोड़दा आया जंड दी टीम जेकर अद्धे मिनट दे दौरान ना पुजी तो जंड दी टीम जिहड़ी कट्टी जानी है जंड दी टीम प्लीज जल्दी नाल पुजे उधर सोनी खेड़ी वाला पुजा आया ला भी खोसे कोटले वाले गल करी इस वेले दकाल वाला नौजवान धावी पा रहा कबड्डी इधर देखो गभरू भी पाई हुई कबड्डी चार जाफी है नौजवान कहवे नाल पिथों वाला 50 मोटरसाइकलों का जेतू जाफी वह भी पुजा है चल भी गभरूआ पा भी कबड्डी हैप्पी वर्गिया के बड़े नाम है लाडी वर्गे कबड्डी के स्टार सुहाने के पम्मे को दुनिया जाड़ती है अज वाकई प्रबंधकों ने कहवे बड़े प्रबंध किए ने सिरे सिरे दीम बुला के इन्हों मान सम्मान दते है आप सारे का धन्यवाद करते हैं उधर चीफ गैसट मुख मेहमान नाल कहते कुछ वीर यारियां पगाने के लिए समय समय अनुसार पुज रहे हैं इधर पंजाब पुलिस दिया बहुत प्यारिया शख्सियत है आप उन्होंने भी धन्यवाद करते हैं सीनियर अफसर पुजे है क्योंकि 2011 के मैं थाने की गिनती की उदो 456 थाने सन पंजाब दे विच पर हुण 2015 चली जाता है गल होर हो गई है सलेडा इस वेले इधर कबड्डी पाने के लिए सलेडा बढ़िया होया उधर पिथों वाला सीरा ते नाल लाडी सैंपली वाला ते सहाने वाला पम्मा आपां वेखिए भी यह पॉइंट सलेडा नौजवान धावी अपनी टीम दे हिस्से विच जोड़दा होया ला भी गल बलिया जंड दी टीम जेकर अद्धा मिनट भाई हुण कट दिओ जंड दी टीम बहुत खत्म हो गया 75 किलो फाइनल मैच करवा दिओ 75 किलो भार दे फाइनल मैच दी टीम पहुंचण इधर हैप्पी सैंपली वाला डकिया जा चुकिया दलजीत सिंह जी कुब्बे गोरा इस वेले डकाल वाला ला तकड़ा जफा पॉइंट अपनी टीम दे हिस्से विच जोड़दा आ कि बदन गुंदमा शरीर दे विच जान होवे उत्तो चाहीदा इरादा मजबूत लोको गेम सुधरदी सिक चंगे कोच दे कोलों जिवें चमड़े नूं सुधारदा इक कलबूत लोको माड़े राह पे खिडारी दा की वण हुंदा याद रहे ग्राउंडां दे करूट लोको खेडां खेड के कई जग ते छा जांदे फिर बजदे उन्हां नूं दूरों ने सलूट लोको इधर नामा इस वेले दकाल वाला पॉइंट अपनी टीम दे हिस्से विच जोड़दा आ चंडीगढ़ जुटी दे 24 पिंडां आ मुंडा भी कहिंदे साल इंग्लैंड दे विच सिरे दी खेड खेड आया रिंकू धनास वाला इस वेले पा रहा कबड्डी संत बाबा ईसर सिंह जी राणा साहब की खेड क्लब का सिरे का धावी रिंकू की कबड्डी पा चुकी आ ते सामने सिंह दे नाल मुकाबला होया ते कोट वाले गेजे ने भी फैसला किया भी यह पॉइंट धावी ने अपनी टीम दे हिस्से विच जोड़ दिता घुनस वर्ष च मौली बादवान यह टीमां भी प्लीज तैयारी कर लैन घुनस ते मौली बादवान इधर सलेडे की कबड्डी पै चुकी है उधर चौहान परिवार का शीरा ते नाल कहिंदे सहाणे दा पम्मा ते सैंपली वाला लाडी किहड़ा लाऊ इस वेले तकड़ा जफा पिथों वाला शीरा एक तारी जोरदार मार दो दर्शक वीरियो सुभाव कबड्डी का मेरे मित्रों उधर वेखो सामने ढा के उत्ते बह गया
ਪੰਜਾਬ ਮੋਟਰਸਾਈਕਲਾਂ ਦਾ ਜੇਤੂ ਕਹਿੰਦੇ ਘਰ ਦੇ ਵਿੱਚ ਏਜੰਸੀ ਬਣਾਤੀ ਹੈ। ਇਹ ਕਹਿੰਦੇ ਗਿੰਦਰ ਸਿੰਘ ਚੌਹਾਨ ਦਾ ਬੇਟਾ ਹੈ। ਉਧਰ ਕੈਂਚੀ ਲੱਗ ਗਈ ਹੈ, ਲਓ ਸਾਹਮਣੇ ਨਹੀਂ ਰੀਸ ਹੈ, ਲਓ ਹੈਪੀ ਸਿੰਪਲੀ ਸਾਹਿਬ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਪਿੱਛੇ ਨੂੰ ਹਟੇ ਹੈ। ਉਧਰ ਸਰਦਾਰ ਕੇਸਰ ਸਿੰਘ ਜੀ ਧਾਲੀਵਾਲ ਇੰਗਲੈਂਡ ਦੇ ਵਿੱਚ ਵੱਸਦੇ ਆ, ਪਿੱਛੋਂ ਵਾਲੇ ਸੀਰੇ ਦੇ ਲਈ 500, ਕੇਸਰ ਸਿੰਘ ਜੀ ਧਾਲੀਵਾਲ ਵਾਲੇ ਸਜਾਫੀ ਦੇ ਲਈ ਵੀ। ਇੱਧਰ ਕਹਿੰਦੇ ਬਰਾਬਰ ਦੇ ਵੰਝ ਤੇ ਬਰਾਬਰ ਦੀਆਂ ਭਾਜੀਆਂ ਮੋੜਨ ਵਾਲੀ ਗੱਲ ਹੋਈ, ਹੁਣ ਸਵਾਦ ਆਉਣਾ ਮੇਰੇ ਮਿੱਤਰੋ, ਹੁਣ ਸਵਾਦ ਆਉਣਾ ਹੈ। ਲਓ ਸਾਹਮਣੇ ਦੇਖੋ ਇੱਧਰ ਗੱਭਰੂ ਕਬੱਡੀ ਪਾ ਰਿਹਾ, ਕੱਲੇ ਕੱਲੇ ਜੱਫੇ ਦੇ ਵੱਡੇ ਮਾਣ ਦੇ ਰਹੇ ਸਾਡੇ ਪ੍ਰਬੰਧਕ ਵੀਰ, ਰੱਬ ਰੂਪੀ ਹੈ ਸੱਚੇ ਪਾਤਸ਼ਾਹ ਲੰਮੀ ਉਮਰਾਂ ਦੇ ਦੇ। ਮੈਂ ਇੱਕ ਅਰਦਾਸ ਕਰਦਾ ਨਾ ਪਰਮਾਤਮਾ, ਉਮਰ ਜਿਵੇਂ ਦੇਣੀ ਆ ਪਿਆਰ ਬਣਿਆ ਰਹੇ ਵੀਰ। ਬੀ ਨੰਬਰ ਗਰਾਊਂਡ ਦੇ ਵਿੱਚ ਟੀਮ ਨਹੀਂ ਪੁੱਜੀ, ਦਿੜਬੇ ਦੀ ਟੀਮ ਨੂੰ ਜੇਤੂ ਲਿਖ ਲਿਓ, ਦਿੜਬੇ ਦੀ ਟੀਮ ਨੂੰ। ਹੁਣ ਘੁਨਸ ਵਰਸ ਮੌਲੀ ਵੈਦਵਾਨ ਦੀਆਂ ਟੀਮਾਂ ਪਲੀਜ਼ ਇਹਦੀ ਪੁੱਜਣ। ਇੱਧਰ ਧਨਾਸ ਵਾਲਾ ਰੇਕੂ ਇਸ ਵੇਲੇ ਕਦੇ ਇੰਗਲੈਂਡ ਤੇ ਕਦੇ ਗਰਾਊਂਡ ਤੇ ਟੀਮਾਂ ਬੋਲ ਕੇ ਟੀਮ ਚਲਾ ਦੇ ਗਰਾਊਂਡ ਵੀਰ। ਇੱਕ ਇੱਕੋ ਹੀ ਮੈਚ ਆਪਣੇ ਕੋਲੇ, ਸਾਡੀ ਬੇਨਤੀ ਹੈ ਘੁਨਸ ਘੁਨਸ ਦੀ ਟੀਮ ਅਜੇ ਤੱਕ ਨਹੀਂ ਪੁੱਜੀ, ਮੌਲੀ ਵੈਦਵਾਨ ਦੀ ਟੀਮ ਪੁੱਜੀ ਹੋਈ ਆ। ਇੱਧਰ ਧਨਾਸ ਵਾਲਾ ਰੇਕੂ ਇਸ ਵੇਲੇ ਕਬੱਡੀ ਪਾ ਰਿਹਾ ਤੇ ਇੱਧਰ ਜਾਫੀ ਦੀ ਫਿਰ ਜਿਹੜੀ ਪੁੱਠੀ ਕੈਂਚੀ ਵੱਜੀ ਹੋਈ ਆ ਮੈਦਾਨ ਦੇ ਵਿੱਚ। ਨਿੱਕਾ ਤੇ ਰੇਕੂ, ਨਿੱਕਾ ਤੇ ਰੇਕੂ, ਜੇ ਸਵਾਦ ਆਇਆ ਤਾੜੀ ਜ਼ੋਰਦਾਰ ਮਾਰ ਦਿਓ ਸਵਾਦ। ਨਿੱਕਾ ਟਕਾਲੇ ਵਾਲਾ ਕਿਹਾ ਜੇ ਤਾਂ ਤੀਰ ਕਮਾਨ ਚ ਕੁਝ ਵੀ ਹੋ ਸਕਦਾ, ਬੱਸੀਆਂ ਵਾਲੇ ਅਜੇ ਤੇ ਯਾਰ ਮੈਦਾਨ ਚ ਕੁਝ ਵੀ ਹੋ ਸਕਦਾ। ਕੇਸਰ ਸਿੰਘ ਜੀ ਧਾਲੀਵਾਲ ਸਾਹਿਬ 500 ਰੁਪਈਆ ਜਾਫੀ ਦੇ ਲਈ ਭੇਜਦੇ ਆ। ਕੇਸਰ ਸਿੰਘ ਜੀ ਧਾਲੀਵਾਲ ਸਾਹਿਬ ਉਹਨਾਂ ਵੱਲੋਂ 500 ਰੁਪਈਆ ਇਹ ਜਾਫੀ ਦੇ ਲਈ ਹੈ, ਵੱਡੇ ਮਾਣ ਸਨਮਾਨ। ਲਓ ਵੀ ਸਿੰਪਲੀ ਸਾਹਿਬ ਵਾਲਿਓ, ਉਹਨਾਂ ਨੇ ਤੁਹਾਡਾ ਰਿੰਕੂ ਢਾਇਆ ਤੇ ਆ ਸੁੱਕਾ ਨਾ ਜਾਵੇ, ਸਵਾਰ ਤਾਂ ਜੇ ਢਾ ਕੇ ਹਿੱਕ ਤੇ ਬਹਿੰਦੇ ਹੋ, ਹੈ ਕਿਸ ਦੀਆਂ ਬਾਹਾਂ ਦੇ ਵਿੱਚ ਦਮ। ਮੈਂ ਵੀ ਸ਼ੀਰਿਆ, ਮੈਂ ਤੇ ਬੜਾ ਪੰਪ ਮਾਰਿਆ ਪਰ ਤੁਸੀਂ ਕਦਰ ਨਹੀਂ ਕੀਤੀ। ਡਬਲ ਟੱਚ ਦਾ ਇਸ ਵੇਲੇ ਸਲੇਡੇ ਨੇ ਜੋੜਿਆ, ਜੇ ਮੈਚ ਵਧੀਆ ਲੱਗ ਰਿਹਾ ਦਰਸ਼ਕ ਕੀ ਜ਼ੋਰਦਾਰ। ਇੱਧਰ ਹੈਪੀ ਸੈਂਪਲੀ ਵਾਲਾ ਦੁਨੀਆ ਖੁਸ਼ ਆ, ਲਾਲੀ ਕੂਨਰ ਗੁਰੀ ਕੂਨਰ ਹੁਣੀ ਮੰਨੇ ਹੁਣੀ ਸਾਡੇ ਭਰਾ ਪ੍ਰਦੀਪ ਨੇ ਵੀ ਬੜੀ ਮਿਹਨਤ ਕੀਤੀ ਆ, ਟੂਰਨਾਮੈਂਟ ਤੇ ਸੱਦੇ ਦਿੱਤੇ ਆ। ਇੱਧਰ ਨੌਜਵਾਨ ਨਿੱਕਾ ਨਿੱਕਾ ਪਰ ਉਧਰ ਗੇਜਾ ਕੋਰਟ ਵਾਲਾ ਫੈਸਲਾ ਕਰਦਾ ਵੀ ਇਹ ਪੁਆਇੰਟ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਬਈ ਜੋੜ ਦਿੱਤਾ। ਘੁਨਸ ਦੀ ਟੀਮ ਆ ਪਲੀਜ਼, ਉਹ ਵੀ ਜਲਦੀ ਨਾਲ ਪੁੱਜ ਜਾਵੇ, ਘੁਨਸ ਦੀ ਟੀਮ ਆ, ਸਟਾਰ ਦੂਰੋਂ ਦੂਰੋਂ ਆਏ ਨਹੀਂ ਟੀਮਾਂ ਕੱਢਦੇ। ਕੋਟ ਗੰਗੂ ਰਾਜ ਦਾ ਮੇਲਾ ਤੇ ਵੱਡਾ ਇਕੱਠ। ਇੱਧਰ ਨਾਮਾ ਇਸ ਵੇਲੇ ਦਕਾਲ ਵਾਲਾ ਕਬੱਡੀ ਪਾ ਰਿਹਾ, ਉਧਰ ਚਾਰ ਜਾਫੀ ਆ ਖੇਡ ਮੈਦਾਨ ਦੇ ਵਿੱਚ। ਆਪਾਂ ਵੇਖੀਏ ਵੀ ਸੈਂਪਲੀ ਵਾਲਾ ਲਾਡੀ ਭਰਿਆ ਗਿਆ ਕਲਾਵਾ, ਵਾਹ ਜਵਾਨਾ ਵਾਹ ਨਾਮੇ ਆ। ਨਾਮਾ ਡਕਾਲੇ ਵਾਲਾ ਇਸ ਵੇਲੇ ਭਰਮੇ ਜੇ ਸਰੀਰ ਵਾਲਾ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ। ਚੱਲ ਵੀ ਗੱਭਰੂ ਆ ਪਾ ਵੀ ਕਬੱਡੀ, ਰਿੰਕੂ ਧਨਾਸ ਪਿੰਡ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਉਧਰ ਚਾਰ ਜਾਫੀ ਮੇਰੇ ਮਿੱਤਰੋ, ਸਵਾਦ ਵੱਜਾ ਪਿਆ। ਲਓ ਧਾਵੀ ਦਾ ਬੋਲਿਆ, ਭਾਵਾਂ ਦੇ ਜਾਫੀਆਂ ਨੇ ਜਾ ਡੱਕ ਚਾਹੀ ਹੈ ਭੂੰਦੜ ਦਾ ਮੈਚ ਹੋ ਗਿਆ ਵੀਰ। ਸੈਕੰਡ ਰਾਊਂਡ ਦੇ ਚਾਰ ਸਾਹਿਬ ਤੇ ਭੂੰਦੜ ਦਾ ਮੈਚ ਹੋ ਗਿਆ, ਚਾਰ ਸਾਹਿਬ ਤੇ ਭੂੰਦੜ ਦਾ ਇਹ ਮੈਚ। ਆਪਾਂ ਦੋ ਨੰਬਰ ਗਰਾਊਂਡ ਦੇ ਵਿੱਚ ਬੋਲਿਆ ਸੀ ਤਾਂ ਰਿਜ਼ਲਟ ਅਜੇ ਨਹੀਂ ਆਇਆ।